ਸਪਲਾਇਰ ਹੈ ਅਤੇ ਪ੍ਰਸ਼ਾਸਨ ਸਾਰਿਆਂ ਨੂੰ ਸਪਲਾਇਰ ਬਾਰੇ ਪਤਾ ਸੀ, ਪੰਚਾਇਤ ਨੂੰ ਪਤਾ ਸੀ। ਇੱਕ ਵੱਡਾ ਨੁਕਸਾਨ ਜਿਹੜਾ ਹੋਇਆ ਤਾਂ ਪੂਰੇ ਪਿੰਡ ਦੇ ਵਿੱਚ ਜਿਹੜਾ ਹੈਗਾ ਗਮ ਦਾ ਅਤੇ ਸੋਗ ਦਾ ਮਾਹੌਲ ਆ ਉਹ ਫੈਲਿਆ ਹੋਇਆ, ਕਿਉਂਕਿ ਇਹ ਸ਼ਰਾਬ ਪੀਣ ਦੇ ਵਿੱਚ ਜਿਹੜੇ ਚਾਰ ਨੌਜਵਾਨਾਂ ਦੀ ਚਾਰ ਲੋਕਾਂ ਦੀ ਮੌਤ ਹੋਈ ਆ, ਉਹਨਾਂ ਦੇ ਵਿੱਚੋਂ ਦੋ ਸਕੇ ਭਰਾ ਸੀ, ਇੱਕੋ ਘਰ ਦੇ ਜਿਹੜੇ ਚਿਰਾਗ ਨੇ ਦੋ, ਉਹਨਾਂ ਦੀ ਜਿਹੜੀ ਹੈਗੀ ਆ ਮੌਤ ਹੋ ਚੁੱਕੀ ਹੈ। ਕੁੱਲ ਚਾਰ ਜਣੇ ਦੀ ਜਿਹੜੀ ਹੈਗੀ ਆ ਮੌਤ ਹੋਈ ਹੈ, ਜਿਨ੍ਹਾਂ ਦੇ ਵਿੱਚੋਂ ਦੋ ਸਕੇ ਭਰਾ ਸੀ ਜਿਹੜੇ ਇਸ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋਏ ਨੇ। ਤਾਂ ਪੂਰੇ ਪਿੰਡ ਦੇ ਵਿੱਚ ਜਿਹੜਾ ਹੈਗਾ ਸੋਗ ਦੀ ਲਹਿਰ ਜਿਹੜੀ ਹੈਗੀ ਆ ਛਾਈ ਹੋਈ ਆ, ਲੋਕ ਹੈਰਾਨ ਵੀ ਨੇ, ਗੁੱਸੇ ਦੇ ਵਿੱਚ ਵੀ ਨੇ, ਕਿਤੇ ਉਹਨਾਂ ਦੇ ਪ੍ਰਸ਼ਾਸਨ ਦੇ ਉੱਪਰ ਵੀ ਜਿਹੜਾ ਹੈਗਾ ਗੁੱਸਾ ਇਹਨਾਂ ਦੇ ਵੱਲੋਂ ਕੱਢਿਆ ਜਾ ਰਿਹਾ। ਗੱਲਬਾਤ ਵੀ ਕਰਦੇ ਹਾਂ, ਬਾਈ ਜੀ ਕਿਸ ਤਰੀਕੇ ਨਾਲ ਦੇ ਦਿਓ ਮਾਹੌਲ ਕਿਵੇਂ ਆ, ਦੱਸਿਆ ਜਾ ਰਿਹਾ ਵੀ ਦੋ ਜਿਹੜੇ ਹੈਗੇ ਸੀ ਸਕੇ ਭਰਾ ਸੀ? ਹਾਂਜੀ, ਦੋ ਸਕੇ ਭਰਾ ਤੇ ਜੀ, ਅਤੇ ਦੋ ਗੁਜ਼ਰ ਗਏ ਜੀ, ਦੋ ਅਲੱਗ ਅਲੱਗ ਤੇ ਗਏ ਅਤੇ ਦੋ ਦੀ ਗੰਭੀਰ ਹਾਲਤ ਹੈ ਹਲੇ। ਇਹ ਚਾਰ ਦੀ ਮੌਤ ਹੋ ਗਈ, ਦੋ ਹਜੇ ਵੀ ਹਸਪਤਾਲ ਦੇ ਵਿੱਚ ਹੈਗੇ? ਹਾਂਜੀ ਹਾਂਜੀ, ਦੋ ਹਸਪਤਾਲ 'ਚ ਨੇ ਜੀ, ਗੰਭੀਰ ਨੇ ਉਹ ਨੇ। ਬਾਈ ਜੀ, ਜਿਹੜੇ ਦੋ ਜਾਣੇ ਸਕੇ ਭਰਾ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦੇ ਵਿੱਚ ਇੱਕ ਜਗਜੀਤ ਸਿੰਘ ਆ 30 ਸਾਲ ਦੀ ਉਮਰ ਆ ਅਤੇ ਦੂਜੇ ਦਾ ਕੀ ਨਾਮ? ਪ੍ਰਗਟ ਸਿੰਘ। ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡੇ ਪਿੰਡ ਦੇ ਵਿੱਚ ਚਾਰ ਜਿਹੜੀ ਹੈਗੀ ਆ ਨੌਜਵਾਨ ਜ਼ਹਿਰੀਲੀ ਸ਼ਰਾਬ ਦੇ ਹੋਏ ਨੇ, ਇਹ ਕਦੋਂ ਜਿਹੜੀ ਸ਼ਰਾਬ ਪੀ ਰਹੇ ਸੀ ਜਾਂ ਕਿੱਥੇ ਬਹਿ ਕੇ ਪੀ ਰਹੇ ਸੀ, ਕੀ ਜਾਣਕਾਰੀ? ਇਹ ਪੀਂਦੇ ਤਾਂ ਡੇਲੀ ਦੇ, ਕਹਿੰਦੇ ਬੇਟੇ ਦੇ ਦੱਸਣ ਮੁਤਾਬਕ ਜੀ ਦੋਨੇ ਭਰਾਵਾਂ ਦੇ ਮੂੰਹ ਚੋਂ ਝੱਗ ਆਈ ਆ, ਕਹਿੰਦੇ ਸ਼ਰਾਬ ਪੀਣ ਤੋਂ ਬਾਅਦ ਵੀ ਸ਼ਰਾਬ ਦੇ ਵਿੱਚ ਹੀ ਕੋਈ ਹੋਇਆ, ਤੇ ਬੇਟੇ ਨੇ ਵੀ ਦੱਸਿਆ ਵੀ ਕਹਿੰਦਾ ਮੂੰਹ ਚੋਂ ਝੱਗ ਆਈ ਇਹਨਾਂ ਦੇ। ਹਾਂਜੀ, ਕੱਲ ਸ਼ਾਮ ਦੀ ਘਟਨਾ? ਹਾਂ, ਸ਼ਾਮ ਦੀ। ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਇੱਦਾਂ ਦੀਆਂ ਘਟਨਾਵਾਂ ਪਹਿਲਾਂ ਵੀ ਹੁੰਦੇ ਨੇ, ਤਾਂ ਤੁਹਾਡੇ ਪਿੰਡ ਦੇ ਵਿੱਚ ਇੱਕ ਵੱਡਾ ਨੁਕਸਾਨ, ਇੱਕੋ ਪਰਿਵਾਰ ਦੇ ਦੋ, ਇੱਕ 30 ਸਾਲ ਦਾ ਨੌਜਵਾਨ ਦੂਜਾ 42 ਸਾਲ ਦਾ ਨੌਜਵਾਨ, ਵੱਡਾ ਨੁਕਸਾਨ, ਉਹ ਚੀਜ਼ ਨੂੰ ਕਿਵੇਂ ਦੇਖਦੇ? ਵੱਡਾ ਨੁਕਸਾਨ ਹੈ ਜੀ, ਚਾਰ ਦੀ ਡੈਥ ਤਾਂ ਹੋਈ ਗਈ, ਦੋ ਇੱਕ ਮਹੱਲੇ ਦੇ ਐਡਮਿਟ ਨੇ, ਦਾਖਲ ਨੇ ਦੋਨੇ, ਸਾਰੇ ਮਜ਼ਬੀਆਂ ਦੇ ਰਵਾਸੀਆਂ ਦੇ ਪਰਿਵਾਰਾਂ 'ਚੋਂ ਹੀ ਨੇ, ਗਰੀਬ ਪਰਿਵਾਰ ਨੇ ਸਾਰੇ। ਹਾਂਜੀ, ਤਾਂ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਪੁਲਿਸ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਜਿਹੜੀਆਂ ਨਜਾਇਜ਼ ਸ਼ਰਾਬ ਜਿਹੜੀ ਹੈਗੀ ਹੈ ਕੱਢੀ ਜਾਂਦੀ ਹੈ, ਕਿਤੇ ਨਾ ਕਿਤੇ ਲੱਗਦਾ ਵੀ ਲਾਪਰਵਾਹੀ ਪੁਲਿਸ ਦੀ ਹੈ ਜਾਂ ਪ੍ਰਸ਼ਾਸਨ ਦੀ ਹੈ, ਕਿਉਂਕਿ ਨੁਕਸਾਨ ਤਾਂ ਤੁਹਾਡੇ ਪਿੰਡ ਦਾ ਹੋ ਗਿਆ ਨਾ? ਚਲੋ, ਲਾਪਰਵਾਹੀ ਤਾਂ ਕਿਸੇ ਦੀ ਵੀ ਲਾ ਲਓ ਜੀ, ਮਤਲਬ ਕਿ ਨਜਾਇਜ਼ ਕੰਮ ਕੋਈ ਰੁਕ ਨਹੀਂ ਰਿਹਾ ਨਾ ਜੀ, ਕੋਈ ਕਿਸੇ ਵੀ ਤਰ੍ਹਾਂ ਦਾ, ਸਾਰੇ ਨਸ਼ੇ ਚੱਲ ਹੀ ਰਹੇ ਨੇ, ਸ਼ਰਾਬ ਵੀ ਨਜਾਇਜ਼ ਵਿਕਰੀ ਆ, ਹੋਰ ਨਸ਼ੇ ਵੀ ਸਾਰੇ ਚੱਲ ਹੀ ਰਹੇ ਨੇ, ਕਿਸੇ ਤਰ੍ਹਾਂ ਦੀ ਕੋਈ ਰੋਕਥਾਮ ਤਾਂ ਹੈ ਨਹੀਂ ਜੀ। ਹੁਣ ਤੱਕ ਜਾਣਕਾਰੀ ਕੀ ਆ, ਤੁਹਾਨੂੰ ਕੁਛ ਪਤਾ ਹੋਵੇ ਵੀ ਹਾਂ ਕਿੱਥੇ ਬਹਿ ਕੇ ਪੀ ਰਹੇ ਸੀ ਜਾਂ ਕੀ ਇਹਨਾਂ ਨੇ ਆਪਣੇ ਵੱਲੋਂ? ਹਜੇ ਤੱਕ ਤਾਂ ਕੋਈ ਜਾਣਕਾਰੀ ਨਹੀਂ ਜੀ ਕਿੱਥੇ ਪੀ ਰਹੇ ਸੀ। ਬਾਈ ਜੀ, ਕੀ ਹੁਣ ਤੱਕ ਕਿਵੇਂ ਦੇਖਦੇ ਹੋ, ਜਿਵੇਂ ਇੱਕੋ ਘਰ ਦੇ ਜਿਹੜੇ ਦੋ ਨੌਜਵਾਨ ਨੇ ਉਹਨਾਂ ਦੀ ਮੌਤ ਹੋ ਗਈ, ਵੱਡਾ ਨੁਕਸਾਨ ਹੋ ਗਿਆ? ਮੈਂ ਬਾਹਰ ਦਾ ਨਹੀਂ, ਮਤਲਬ ਵੈਸੇ ਇਕੱਠ ਦੇਖ ਕੇ ਖੜ ਗਿਆ ਜੀ, ਮੈਨੂੰ ਕਿਸੇ ਗੱਲ ਦਾ ਪਤਾ ਨਹੀਂ। ਗੁਰਜੋਤ, ਇੱਕ ਵੱਡਾ ਨੁਕਸਾਨ ਪਿੰਡ ਦਾ ਸੀ, ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਦੋ ਜਿਹੜੇ ਹੈਗੇ ਸੀ ਸਕੇ ਭਰਾ ਸੀ, ਦੋ ਜਿਹੜੇ ਹੈਗੇ ਨੇ ਉਹ ਅਲੱਗ ਅਲੱਗ ਘਰਾਂ ਦੇ ਵਿੱਚੋਂ ਸੀ, ਤਾਂ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਜਿਹੜੇ ਹੈਗੇ ਨੇ ਇਸ ਵਕਤ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ, ਉਹਨਾਂ ਦਾ ਇਲਾਜ ਚੱਲ ਰਿਹਾ, ਮੂੰਹ ਦੇ ਵਿੱਚੋਂ ਝੱਗ ਆਉਂਦੀ ਆ, ਝੱਗ ਆਉਣ ਤੋਂ ਬਾਅਦ ਜਿਹੜੀ ਹੈਗੀ ਆ, ਬਿਲਕੁਲ ਬਿਲਕੁਲ ਨਾਲ ਦੀ ਨਾਲ ਮੈਂ ਤਸਵੀਰਾਂ ਵੀ ਦਿਖਾਈ ਜਾਊਂਗਾ। ਹਾਂ, ਤਾਂ ਬਿਲਕੁਲ ਬਾਈ ਜੀ, ਕਿਵੇਂ ਦੇਖਦੇ ਹੋ ਇਸੇ ਇਲਾਕੇ ਦੀਆਂ ਤੁਸੀਂ? ਹਾਂਜੀ ਬਾਈ ਜੀ, ਨੁਕਸਾਨ ਨੂੰ ਕਿਵੇਂ ਦੇਖਦੇ ਹੋ, ਇੱਕੋ ਘਰ ਦੇ ਦੋ ਭਾਈਆਂ ਦੀ ਮੌਤ? ਬਹੁਤ ਵੱਡਾ ਨੁਕਸਾਨ ਹੋਇਆ ਜੀ, ਸਾਡੇ ਪਿੰਡ ਦਾ ਬਹੁਤ ਵੱਡਾ ਘਾਟਾ ਪਿਆ ਜੀ, ਨੌਜਵਾਨਾਂ ਦੀ ਡੈਥ ਹੋਈ ਆ, 30 ਤੋਂ 45 ਸਾਲ ਦੇ ਨੌਜਵਾਨ ਸੀਗੇ ਜਿਨ੍ਹਾਂ ਨੇ ਨਸ਼ਾ ਕਾਰਨ ਸ਼ਰਾਬ ਪੀਣ ਕਾਰਨ ਡੈਥ ਹੋ ਗਈ। ਅਸੀਂ ਕਿੱਥੇ ਪੀ ਰਹੇ ਸੀ ਜੋ ਹੁਣ ਤਾਂ ਤੁਹਾਨੂੰ, ਕਿਉਂਕਿ ਜਦੋਂ ਪਿੰਡ ਦੇ ਵਿੱਚ ਹੁੰਦੀ ਵੱਡੀ ਘਟਨਾ ਸਭ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਹੋਇਆ ਕਿਵੇਂ ਹੋਇਆ। ਇਹ ਤਾਂ ਜੀ ਜਿੱਥੇ ਵੀ ਜਿੱਥੇ ਵਿਕਦੀ ਆ ਉੱਥੇ ਲੈ ਕੇ ਪੀਣ ਲੱਗ ਜਾਂਦੇ, ਇਹਨਾਂ ਨੂੰ ਕੀ ਪੀਣ ਵਾਲਿਆਂ ਦਾ ਕਿਤੇ ਵੀ ਵਿਕਦੀ ਹੋਵੇ ਉੱਥੇ ਲੱਭੇ ਲੈਣਾ ਜੀ। ਜਿਹੜੇ ਅਸੀਂ ਸਰਕਾਰ ਨੂੰ ਇਹ
ਮੰਗ ਕਰਦੇ ਆ ਵੀ ਇਹ ਨਸ਼ੇ ਤੇ ਠੱਲ ਪਾਓ। ਭਗਵੰਤ ਮਾਨ ਸਰਕਾਰ ਬਹੁਤ ਵੱਡੇ ਵਾਅਦੇ ਕਰਦੀ ਸੀ ਵੀ ਅਸੀਂ ਆਹ ਨਸ਼ਾ ਰੋਕ ਦਾਂਗੇ। ਜਿਸ ਤਰੀਕੇ ਨਾਲ ਦੇਖਦੇ ਹੋ ਲੱਗਦਾ ਵੀ ਹਾਂ ਇਹ ਚੀਜ਼ਾਂ ਦੀ ਛਾਪੇਮਾਰੀ ਕਰਕੇ ਕੋਈ ਜਿਹੜੀ ਸ਼ਰਾਬ ਨਿਕਲਦੀ ਆ, ਅਗਰ ਆਪਾਂ ਨਜਾਇਜ਼ ਸ਼ਰਾਬ ਦੀ ਗੱਲ ਕਰੀਏ ਤਾਂ ਮਹੀਨਾ ਸਵਾ ਮਹੀਨੇ ਦਾ ਪ੍ਰੋਸੈਸ ਆ। ਪਹਿਲਾਂ ਗੁੜ ਘੋਲ ਕੇ ਪਾ ਕੇ ਰੱਖਦੇ ਨੇ, ਦੱਬ ਕੇ ਰੱਖਦੇ ਨੇ, ਤਾਂ ਇੱਕ ਲੰਬਾ ਪ੍ਰੋਸੈਸ ਆ ਵੀ ਅਗਰ ਲੱਭਣਾ ਹੋਵੇ ਟਰੈਕ ਕਰਨਾ ਹੋਵੇ ਆਪਾਂ ਕਰ ਸਕਦੇ ਹਾਂ। ਨਹੀਂ ਜੀ ਇਹ ਘਰ ਦੀ ਸ਼ਰਾਬ ਨਹੀਂ ਹੈਗੀ, ਇਹ ਜਿਹੜੀ ਹਰਿਆਣੇ ਦੀ ਆਪਣੀ ਬਲੈਕ ਵਿਕਦੀ ਆ ਉਹ ਵਿਕਦੀ ਆ, ਜਿਹੜੀ ਹਰਿਆਣੇ ਚੋਂ ਆਉਂਦੀ ਆ 150 ਦੀ, 120 ਦੀ ਬੋਤਲ ਆਉਂਦੀ ਆ, ਉਹ ਉਹਦੇ ਨਾਲ ਅਟੈਕ ਡੈਥ ਹੋਈ ਹੈ ਜੀ। ਦੇਸੀ ਹੁੰਦੀ ਹੈ ਇਹ, ਜਿਹੜੀ ਦੇਸੀ ਨਹੀਂ ਜੀ ਹੈਗੀ ਤਾਂ ਠੇਕੇ ਵਾਲੀ ਹੈ, ਇਹ ਨਜਾਇਜ਼ ਵਿਕਦੀ ਹੈ ਜੀ, ਇਹ ਹਰਿਆਣੇ ਚੋਂ ਆਉਂਦੀ ਹੈ ਜੀ, ਘੱਟ ਵਿਕਦੀ ਹੈਗੀ। ਬਾਈ ਜੀ ਨੁਕਸਾਨ ਕਿਵੇਂ ਦੇਖਦੇ ਹੋ, ਤੁਹਾਡੇ ਪਿੰਡ ਦਾ ਵੱਡਾ ਨੁਕਸਾਨ ਹੋ ਗਿਆ? ਬਹੁਤ ਵੱਡਾ ਹੋਇਆ ਜੀ ਬਾਈ ਜੀ, ਪੰਚਾਇਤ ਨੂੰ ਸਭ ਪਤਾ ਗਾ, ਪ੍ਰਸ਼ਾਸਨ ਨੂੰ ਵੀ ਪਤਾ, ਪੁਲਿਸ ਨੂੰ ਵੀ ਪਤਾ, ਸਭ ਨੂੰ ਪਤਾ, ਪਰ ਕੋਈ ਰੋਕਦਾ ਨਹੀਂ ਇਹਨੂੰ, ਪਤਾ ਵੀ ਕਿਹੜੇ ਬੰਦੇ ਲਿਆਉਂਦੇ ਨੇ ਕਿੱਥੋਂ ਕਿਹੜੇ ਵੇਚਦੇ। ਹਾਂ ਪੰਚਾਇਤ ਨੂੰ ਪਤਾ ਜੀ, ਪੰਚਾਇਤ ਸਭ ਨੂੰ, ਪੰਚਾਇਤ ਨੂੰ ਪਤਾ ਜੀ, ਪਿੱਛੇ ਪੰਚਾਇਤ ਨੂੰ ਮਤੇ, ਪੁਲਿਸ ਨੂੰ ਵੀ ਪਤਾ ਜੀ, ਪਰ ਰੋਕਦੀ ਕੋਈ ਨਹੀਂ ਹੈਗੀ। ਪਰ ਹੁਣ ਕਿਵੇਂ ਦੇਖਦੇ ਹੋ, ਨੁਕਸਾਨ ਤਾਂ ਹੋ ਗਿਆ, ਪੰਚਾਇਤ ਵੀ ਇੱਥੇ ਆ, ਪੁਲਿਸ ਵੀ ਇੱਥੇ ਆ, ਕਿ ਵੱਡਾ ਨੁਕਸਾਨ ਹੋ ਜਾਂਦਾ ਬਾਅਦ ਚ ਦਿੱਕਤ? ਇਹ ਤਾਂ ਬਾਅਦ ਚ ਹੁੰਦਾ ਜੀ, ਜਦੋਂ ਨੁਕਸਾਨ ਹੋ ਜਾਵੇ ਉਦੋਂ ਬਾਅਦ ਤਾਂ ਬਹੁਤ ਕੁਛ ਹੁੰਦਾ ਜੀ, ਪਹਿਲਾਂ ਨੀ ਕੋਈ ਰੋਕਦਾ ਇਹਨੂੰ ਕੋਈ। ਇੱਕੋ ਘਰ ਦੇ ਦੋ ਨੌਜਵਾਨ ਜਿਨ੍ਹਾਂ ਦੀ ਮੌਤ ਹੋ ਗਈ, 30 ਸਾਲ ਦਾ ਮੁੰਡਾ, 42 ਸਾਲ ਦਾ ਮੁੰਡਾ, ਹੁਣ ਪਰਿਵਾਰ ਕੌਣ ਚਲਾਊਗਾ, ਹੁਣ ਜਿਵੇਂ ਵਾਰ ਕਿਹਨੂੰ ਦੇਖਦੇ? ਉਹ ਤਾਂ ਸਰਕਾਰ ਆ ਜੀ, ਸਰਕਾਰ ਹੀ ਆ ਜੀ, ਸਰਕਾਰ ਨੂੰ ਚਾਹੀਦਾ ਮੁਆਵਜ਼ਾ ਦੇਵੇ ਇਹਨਾਂ ਨੂੰ। ਇੱਕ ਵੱਡਾ ਨੁਕਸਾਨ ਗੁਰਜੋਤ ਇਸ ਵਕਤ ਪਿੰਡ ਗੁਜਰਾਂ ਦਾ, ਤੁਹਾਨੂੰ ਮਾਹੌਲ ਦਿਖਾ ਦਈਏ, ਜਿਹੜੇ ਲੋਕ ਨੇ ਕਿਤੇ ਨਾ ਕਿਤੇ ਡਰੇ ਹੋਏ ਨੇ, ਸਹਿਮੇ ਹੋਏ ਨੇ, ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਡਰ ਡਰ ਬੈਠ ਰਹੇ ਨੇ, ਬਾਹਰ ਵੀ ਆ ਰਹੇ ਨੇ, ਕਿਉਂਕਿ ਵੱਡਾ ਨੁਕਸਾਨ 4 ਨੌਜਵਾਨ ਜਿਹੜੇ ਹੈਗੇ ਨੇ ਪਿੰਡ ਗੁਜਰਾਂ ਦੇ ਵਿੱਚ, ਜਿਹੜੀ ਬਾਰਡਰ ਪਾਰ ਤੋਂ ਅਗਰ ਆਪਾਂ ਗੱਲ ਕਰੀਏ ਤਾਂ ਅਸੀਂ ਇਸ ਵਕਤ ਸੂਲਰ ਘਰਾੜ ਦੇ ਨੇੜੇ ਹਾਂ, ਅਗਰ ਉੱਥੇ ਬਾਰਡਰ ਦੀ ਗੱਲ ਕਰੀਏ ਤਾਂ ਖਨੌਰੀ ਬਾਰਡਰ ਜਿਹੜਾ ਹੈਗਾ ਸਾਰੀ 30 ਕਿਲੋਮੀਟਰ ਦੇ ਲਗਭਗ ਪੈਂਦਾ, ਲੋਕ ਜਿਹੜੇ ਹੈਗੇ ਨੇ ਤਾਂ ਕਿਤੇ ਨਾ ਕਿਤੇ ਜਿਹੜੇ ਨਸ਼ਾ ਸਪਲਾਇਰ ਨੇ ਉਹ ਹਰਿਆਣੇ ਚੋਂ ਜਾਂ ਹੋਰ ਨਜ਼ਦੀਕੀ ਸਟੇਟਾਂ ਦੇ ਵਿੱਚੋਂ ਜਿਹੜੀ ਸ਼ਰਾਬ ਆ ਉਹ ਲਿਆ ਕੇ ਵੇਚਦੇ ਨੇ, ਜਿਹਦੇ ਨਾਲ ਵੱਡਾ ਨੁਕਸਾਨ ਹੁੰਦਾ। ਆਪਣੀ ਥੋੜ੍ਹੀ ਬੱਚਤ ਦੇ ਕਾਰਨ ਸਿਰਫ 100 ਜਾਂ 120 ਰੁਪਏ ਦੀ ਜਿਹੜੀ ਸ਼ਰਾਬ ਦੀ ਬੋਤਲ ਆ, ਜਿਵੇਂ ਪਿੰਡ ਵਾਲੇ ਦੱਸ ਰਹੇ ਨੇ, ਉਹਨਾਂ ਦੇ ਵੱਲੋਂ ਵੇਚੀ ਜਾਂਦੀ ਆ। ਪੰਚਾਇਤ ਦੇ ਉੱਪਰ ਦੋਸ਼ ਲੱਗੇ ਨੇ, ਪੁਲਿਸ ਦੇ ਉੱਪਰ ਦੋਸ਼ ਲੱਗੇ ਨੇ ਕਿ ਸਾਰਿਆਂ ਨੂੰ ਪਤਾ ਵੀ ਜਿਹੜੀ ਸ਼ਰਾਬ ਆ ਇਹ ਕੌਣ ਵੇਚਦੇ ਨੇ, ਪਰ ਇਹ ਚੀਜ਼ ਦਾ ਬਾਅਦ ਦੇ ਵਿੱਚ ਜਿਹੜਾ ਹੈਗਾ ਨੁਕਸਾਨ ਇੱਕ ਵੱਡਾ ਹੋ ਗਿਆ। ਦੋ ਸਕੇ ਭਰਾ ਤੇ ਦੋ ਹੋਰ ਪਿੰਡ ਦੇ ਅਲੱਗ ਨੌਜਵਾਨ, 4 ਦੀ ਹੁਣ ਤੱਕ ਮੌਤ ਹੋ ਚੁੱਕੀ ਆ ਤੇ 2 ਨੌਜਵਾਨ ਜਿਹੜੇ ਹੈਗੇ ਨੇ ਉਹ ਹਜੇ ਵੀ ਇਲਾਜ ਅਧੀਨ ਨੇ, ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਜਿਹੜੀ ਹੁਣ ਤੱਕ ਜਾਣਕਾਰੀ ਨਿਕਲ ਕੇ ਆ ਰਹੀ ਹੈ, ਅਸੀਂ ਪਿੰਡ ਦੇ ਵਿੱਚ ਵੀ ਬੰਦਿਆਂ ਨਾਲ ਗੱਲਬਾਤ ਕਰਦੇ ਹਾਂ, ਬਾਈ ਜੀ ਕਿਸ ਤਰੀਕੇ ਨਾਲ ਦੇ ਦਿਓ, 6 ਜਣੇ ਹੁਣ ਤੱਕ ਪਤਾ ਲੱਗੇ ਆ, ਤਾਂ ਜਿਹੜੇ ਸਪਲਾਇਰ ਹੈਗੇ ਸੀ ਉਹਨਾਂ ਤੋਂ ਤਾਂ ਹੋਰ ਵੀ ਲੋਕਾਂ ਨੇ ਸ਼ਰਾਬ ਖਰੀਦੀ ਹੋਣੀ ਆ ਫਿਰ? ਹਾਂਜੀ 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 ਖਰੀਦੀ ਹੋਣੀ ਜੀ, ਖਰੀਦੀ ਹੋਊਗੀ ਜੀ। ਜਿਸ ਤਰੀਕੇ ਨਾਲ ਨੁਕਸਾਨ ਤਾਂ ਹੋਰ ਵੀ ਹਜੇ ਹੋ ਸਕਦਾ, ਹੋ ਸਕਦਾ ਜੀ, ਹੋ ਸਕਦਾ ਨੁਕਸਾਨ ਹੋ ਸਕਦਾ, ਜਾਂ ਜਿਹੜਾ ਬੰਦਾ ਲੈ ਕੇ ਆਉਂਦਾ ਸ਼ਰਾਬ, ਉਹ ਐਂ ਤਾਂ ਹੈ ਵੀ ਰੋਜ਼ ਲੈ ਕੇ ਆਉਂਦਾ ਹੋਊਗਾ, ਜਿਹੜੀ ਇੱਕ ਸਟਾਕ 200 ਬੋਤਲ 300 ਬੋਤਲ 400 ਬੋਤਲ ਲੈ ਕੇ ਆਇਆ ਤਾਂ ਉਹ ਹਜੇ ਵੀ ਉਹ ਜ਼ਹਿਰੀਲੀ ਸ਼ਰਾਬ ਪਈ ਹੋਣੀ ਲੋਕਾਂ ਦੇ ਘਰ? ਹਾਂਜੀ ਪਈ ਹੋਊਗੀ, ਜ਼ਹਿਰੀਲੀ ਸ਼ਰਾਬ ਤਾਂ ਪਈ ਆ ਜੀ, ਜਿਹੜਾ ਉਹ ਤਾਂ ਸਟਾਕ ਕਰੂਗਾ, ਉਹ ਐਂ ਥੋੜੀ ਆ ਵੀ ਇੱਕ ਅੱਧੇ ਡੱਬਾ ਲੈ ਕੇ ਆਊਗਾ ਜੀ, ਉਸਦਾ ਸਟਾਕ ਕਰਨੀ ਹੈ ਕਰਨੀ ਉਹਨੇ। ਇਹ ਸਰਕਾਰ ਨੱਥ ਪਾਉਂਦੀ ਹੈ ਨਹੀਂ ਹੈਗੀ, ਵਾਅਦੇ ਐਡੇ ਐਡੇ ਕਰਦੀ ਹੈ। ਹੁਣ ਜਿਹਦਾ ਭਾਈ ਗੁਜ਼ਰ ਗਿਆ ਉਹਦੀ ਭੈਣ ਨੂੰ ਪੁੱਛਣਾ ਚਾਹੀਦਾ ਵੀ ਮੇਰੇ 'ਤੇ ਕੀ ਵਾਪਰੀ ਹੈ। ਹੁਣ ਜਿਹਦੇ ਛੋਟੇ ਛੋਟੇ ਬੱਚੇ ਨੇ, ਇਹ ਕੱਲ੍ਹ ਨੂੰ ਤਾਂ ਹੋਰ ਵੀ ਇਹ ਵਾਪਰ ਜੂਗੀ, ਸਰਕਾਰਾਂ ਕੁਛ ਨਹੀਂ ਕਰਦੀਆਂ ਜੀ। ਭਾਈ ਜੀ ਕਿਸ ਤਰੀਕੇ ਨਾਲ ਦੇਖਦੇ ਹੋ, ਸਪਲਾਇਰ ਨੇ ਤਾਂ ਵੱਡੀ ਕੁਆਂਟਿਟੀ 'ਚ ਸ਼ਰਾਬ ਘਰੇ ਲਿਆ ਕੇ ਰੱਖੀ ਹੋਣੀ ਆ, ਹਜੇ ਵੀ ਹੋ ਸ਼ਰਾਬ, ਨੁਕਸਾਨ ਹੋਰ ਵੀ ਹੋ ਸਕਦਾ? ਹੋ ਸਕਦਾ ਜੀ, ਹੋ ਸਕਦਾ, ਜਿਹੜਾ ਪੀਊਗਾ ਉਹਦਾ ਨੁਕਸਾਨ ਹੋ ਸਕਦਾ। ਜਿਵੇਂ ਹੁਣ ਤੁਸੀਂ ਮੰਨ ਲਓ ਵੀ 6 ਜਣੇ, 2-4 ਦੀ ਡੈਥ ਹੋ ਗਈ, 2 ਸੀਰੀਅਸ ਨੇ, ਉਹਨਾਂ ਦਾ ਜਿਹੜੇ ਇੱਕ ਨੇ ਬਿਆਨ ਦਿੱਤਾ ਵੀ ਮੈਂ ਇੱਕੇ ਪੈਗ ਲਾਇਆ ਸੀ, ਮੇਰਾ ਸਿਰ ਘੁੰਮਿਆ ਅਤੇ ਮੈਂ ਇੰਜੈਕਸ਼ਨ ਲਵਾ ਕੇ ਠੀਕ ਹੋਇਆਗਾ, ਅਤੇ ਇਹ ਤਾਂ ਸਰਕਾਰ ਨੂੰ ਚਾਹੀਦਾ, ਇਹਨੂੰ 5-7 ਦਿਨ ਪਹਿਲਾਂ ਫੜ ਕੇ ਵੀ ਲੈ ਕੇ ਗਏ ਸੀ ਉਹ ਬੰਦੇ ਨੂੰ, ਉਹਨੂੰ ਫੇਰ ਵਾਪਸ ਸੱਟਿਆ ਪੁਲਿਸ ਨੇ, ਇਹ ਤਾਂ ਪੁਲਿਸ ਦੀ ਗਲਤੀ ਆ।
ਬਿਲਕੁਲ ਗੁਰਜੋਤ, ਜਿਹੜਾ ਇੱਦਾਂ ਦੇ ਸਪਲਾਈ ਕਰਦੇ ਨੇ ਨਸ਼ੇ ਦੀ ਤਾਂ ਉਹ ਕਿਤੇ ਨਾ ਕਿਤੇ ਵੱਡੀ ਕੁਆਂਟਿਟੀ ਦੇ ਵਿੱਚ ਨਸ਼ਾ ਲੈ ਕੇ ਆਉਂਦੇ ਨੇ। ਜਦੋਂ ਬਾਰਡਰ ਪਾਰ ਤੋਂ ਕਿਸੇ ਹੋਰ ਸਟੇਟ ਦੇ ਵਿੱਚੋਂ ਨਸ਼ਾ ਲਿਆਉਂਦੇ ਹਾਂ ਤਾਂ ਗੱਡੀ ਭਰ ਕੇ ਵੱਡੀ ਕੁਆਂਟਿਟੀ 'ਚ ਜਿਹੜੀਆਂ ਨੇ ਹੁਣ ਅੰਦਾਜ਼ੇ ਲਗਾਏ ਜਾ ਰਹੇ ਨੇ। ਪਰ ਇਹ ਵੀ ਇੱਕ ਵੱਡਾ ਬਿਲਕੁਲ ਸੰਭਵ ਗੱਲ ਇਹ ਆ ਕਿ ਜਿਹੜੀ ਸ਼ਰਾਬ ਹੈਗੀ ਆ ਉਹ ਹਜੇ ਹੋਰ ਵੀ ਕਿਤੇ ਨਾ ਕਿਤੇ ਸਪਲਾਇਰ ਦੇ ਵੱਲੋਂ ਸਟੋਕ ਕਰੀ ਪਈ ਹੋਣੀ ਆ। ਹੋ ਸਕਦਾ ਕਿਸੇ ਨੂੰ ਵੇਚ ਦਿੱਤੀ ਹੋਵੇ ਜਾਂ ਕਿਸੇ ਦੇ ਘਰ ਦੇ ਵਿੱਚ ਪਈ ਹੋਵੇ ਜਾਂ ਹੋਰ ਇੱਦਾਂ ਦੇ ਵੱਡੇ ਨੁਕਸਾਨ ਹੋ ਸਕਦੇ ਨੇ, ਕਿਉਂਕਿ ਜਿਹੜੀ ਉਹ ਸ਼ਰਾਬ ਆ ਇੰਨੀ ਕੁ ਜ਼ਿਆਦਾ ਜ਼ਹਿਰੀਲੀ ਆ। ਜਿਵੇਂ ਦੱਸ ਰਹੇ ਨੇ ਕਿ ਇੱਕ ਨੌਜਵਾਨ ਨੇ ਬਿਲਕੁਲ ਥੋੜ੍ਹੀ ਸ਼ਰਾਬ ਪੀਤੀ ਸੀ ਅਤੇ ਘਰਾਂ ਦੇ ਅੱਗੇ ਇਸ ਵਕਤ ਸੱਥਰ ਵਿਛੇ ਹੋਏ ਨੇ, ਨੁਕਸਾਨ ਹੋਇਆ ਹੋਇਆ ਉਹ ਤਸਵੀਰਾਂ ਦੇਖ ਸਕਦੇ ਹੋ। ਕਿਉਂਕਿ ਵੱਡੇ ਨੁਕਸਾਨ ਜਦੋਂ ਹੋ ਜਾਂਦੇ ਨੇ ਤਾਂ ਕਾਫੀ ਜ਼ਿਆਦਾ ਜ਼ਿੰਮੇਵਾਰ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਦੱਸੇ ਜਾਂਦੇ ਨੇ। ਕਿਉਂਕਿ ਜਿਵੇਂ ਪਿੰਡ ਦੇ ਲੋਕ ਕਹਿ ਰਹੇ ਸੀ ਕਿ 4 ਜਣੇ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਮੌਤ ਹੋਈ ਆ, 2 ਗੰਭੀਰ ਜ਼ਖਮੀ ਨੇ, ਤਾਂ ਪਿੰਡ ਦੇ ਲੋਕ ਜਿਹੜੇ ਇਲਜ਼ਾਮ ਸੀ ਉਹ ਇਹੀ ਲਗਾ ਰਹੇ ਨੇ ਕਿ ਲੋਕਾਂ ਨੂੰ ਪਤਾ, ਪੰਚਾਇਤ ਨੂੰ ਪਤਾ, ਪੁਲਿਸ ਨੂੰ ਪਤਾ ਵੀ ਜਿਹੜੇ ਕਿਹੜੇ ਬੰਦੇ ਹੈਗੇ ਨੇ ਜਿਹੜੇ ਇਹ ਸ਼ਰਾਬ ਵੇਚਦੇ ਨੇ, ਪਰ ਪਤਾ ਹੋਣ ਦੇ ਬਾਵਜੂਦ ਵੀ ਜਿਹੜੀ ਹੈਗੀ ਆ ਨੱਥ ਕਿਉਂ ਨਹੀਂ ਪੈਂਦੀ। ਅਤੇ ਇੱਕ ਵੱਡੀ ਗੱਲ ਹੋਰ ਵੀ ਗੁਰਜੋਤ ਤੁਹਾਨੂੰ ਦੱਸ ਦਈਏ ਕਿ ਜਿਹੜਾ ਨੁਕਸਾਨ ਹੈਗਾ ਉਹ ਇੱਕ ਤਰ੍ਹਾਂ ਕਿਤੇ ਇਹ ਵੀ ਆ ਕਿ ਜਿਹੜਾ ਬੰਦੇ ਨੇ ਸ਼ਰਾਬ ਇਸ ਵਕਤ ਵੇਚੀ ਆ, ਜਿਹੜਾ ਸਪਲਾਇਰ ਹੈਗਾ ਉਹ ਵੱਡੇ ਪੱਧਰ ਦੇ ਉੱਪਰ ਸ਼ਰਾਬ ਲੈ ਕੇ ਆਇਆ ਹੋਊਗਾ। ਇਹ ਤਾਂ ਹੋ ਨਹੀਂ ਸਕਦਾ ਕਿ 2 ਜਾਂ 4 ਬੋਤਲਾਂ ਉਹ ਸ਼ਰਾਬ ਲੈ ਕੇ ਆਇਆ ਹੋਊਗਾ, ਤਾਂ ਵੱਡੇ ਪੱਧਰ ਦੇ ਉੱਪਰ ਸ਼ਰਾਬ ਲੈ ਕੇ ਆਇਆ ਹੋ, ਜਿਸ ਤੋਂ ਬਾਅਦ ਹਜੇ ਹੋਰ ਵੀ ਜਿਹੜੀ ਜ਼ਹਿਰੀਲੀ ਸ਼ਰਾਬ ਆ ਉਹ ਕਿਸੇ ਨਾ ਕਿਸੇ ਲੋਕਾਂ ਦੇ ਘਰੇ ਜਾਂ ਸਪਲਾਇਰ ਦੇ ਘਰੇ ਹੋ ਸਕਦੀ ਆ, ਵੱਡੇ ਨੁਕਸਾਨ ਹਜੇ ਵੀ ਹੋ ਸਕਦੇ ਨੇ। ਤਸਵੀਰਾਂ ਤੁਹਾਨੂੰ ਉਸ ਘਰ ਦੀਆਂ ਦਿਖਾ ਰਿਹਾ ਜਿਹਦੇ ਵਿੱਚ ਵੱਡਾ ਨੁਕਸਾਨ ਹੋਇਆ, 2 ਸਕੇ ਭਰਾਵਾਂ ਦੀ ਮੌਤ ਹੋ ਚੁੱਕੀ ਆ, ਪਿੰਡ ਦੇ ਵਿੱਚੋਂ 2 ਭਰਾ ਜਿਹੜੇ ਹੈਗੇ ਨੇ ਹੋਰ ਉਹ ਮਾਰੇ ਗਏ ਨੇ। ਤਾਂ ਗਮਗੀਨ ਮਾਹੌਲ ਅਤੇ ਹੈਰਾਨੀਜਨਕ ਅਤੇ ਗੁੱਸੇ ਵਾਲਾ ਮਾਹੌਲ ਜਿਹੜਾ ਹੈਗਾ ਪਿੰਡ ਗੁੱਜਰਾਂ ਦੇ ਵਿੱਚ ਬਣਿਆ ਹੋਇਆ, ਵੱਡਾ ਨੁਕਸਾਨ ਪਿੰਡ ਗੁੱਜਰਾਂ 'ਚ ਹੋਇਆ। ਪ੍ਰਸ਼ਾਸਨ ਦੇ ਉੱਪਰ ਜਿਹੜੇ ਹੈਗੇ ਨੇ ਵੱਡੇ ਸਵਾਲ ਉਹ ਉਠਾਏ ਜਾ ਰਹੇ ਨੇ ਕਿ ਸਪਲਾਇਰ ਅਤੇ ਪ੍ਰਸ਼ਾਸਨ, ਸਾਰਿਆਂ ਨੂੰ ਸਪਲਾਇਰ ਬਾਰੇ ਪਤਾ ਸੀ, ਪੰਚਾਇਤ ਨੂੰ ਪਤਾ ਸੀ, ਇੱਕ ਵੱਡਾ ਨੁਕਸਾਨ ਜਿਹੜਾ ਹੋਇਆ ਤਾਂ ਪੂਰੇ ਪਿੰਡ ਦੇ ਵਿੱਚ ਜਿਹੜਾ ਹੈਗਾ ਗਮ ਦਾ ਅਤੇ ਸੋਗ ਦਾ ਮਾਹੌਲ ਆ ਉਹ ਫੈਲਿਆ ਹੋਇਆ।